मसीह च मेरे भैणों ते भराओ तुहानू सारिआं नूं अज फिर यीशु मसीह दे नां च सलाम होवे ते उम्मीद है कि तुसी अज भी दुआ कीती होएगी ते अज भी कलाम की तलावत कीती होएगी ते फिर दुआई मंगी होएगी। बहुत अच्छा कीता, इंजी करन दे नाल सानू बरकत मिलनी जे उंज वक्त गुजारन ना या वक्त जाया करन ना बरकत नहीं मिलनी। सारे जानते हो कि असी अपने यूट्यूब चैनल दे जरिए मसीही कलीसिया ते इस चैनल दे जरिए वीडियो वेखन आलियां दा ईमान मजबूत करने हैं। ईमान यह है कि असी खुदा नूं जानिए ते खुदा दी मुहब्बत दा तजर्बा करिए ते उस तो बाद मसीह दी मुहब्बत दे नाल उहदे रहम तरस ते उहदे मौजदिआं दा वी तजर्बा करिए। ते हुण सुन लो भी खुदा किंज अपने लोकां नाल मुहब्बत करदा ते किस तरीके नाल साडी जिंदगी साडा मिजाज उहदी रफाकत दे विच होवे ते फिर उह साडी जिंदगी च मौजा करदा है। अज खास खुदा दे पाक कलाम दी गल करांगे ते मैं उहनां भैणां लई उहनां खवातीन लई ने जिहड़ियां भैणां दुख मुसीबत दा शिकार ने ते खास उन्हां भैणां लई जिहड़ियां बे औलाद ने। खुदा दे कलाम दे विच एक फरजंदे नरीना दी दुआ कीती गई है ते उस दुआ दे जवाब च खुदा ने उस खातून नूं जिहदा नां हन्ना है ਉਹਨੂੰ ਫਰਜ਼ੰਦੇ ਨਰੀਨਾ ਅਤਾ ਕੀਤਾ। ਹੰਨਾ ਦੇ ਬਾਰੇ ਅਸੀਂ ਗੀਤ ਵੀ ਗਾਉਂਦੇ ਹਾਂ, ਹੰਨਾ ਦਲਗੀਰ ਨੇ ਦੁਆਵਾਂ ਮੰਗੀਆਂ ਤੇ ਅੱਜ ਮੇਰੀ ਉਹ ਭੈਣੋ ਔਰ ਅਜ਼ੀਜ਼ ਮਸੀਹੀ ਖਵਾਤੀਨ ਜਿਹੜੀਆਂ ਇਸ ਗੱਲ ਦਾ ਸ਼ਿਕਾਰ ਹਨ, ਮਾਯੂਸ ਹਨ, ਪਰੇਸ਼ਾਨ ਹਨ, ਮੈਂ ਅੱਜ ਕਲਾਮ ਦੇ ਵਿੱਚੋਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਖੁਦਾ ਉਹਨਾਂ ਨੂੰ ਉਸ ਤੋਹਫ਼ੇ ਨਾਲ ਵੀ ਨਵਾਜ਼ਣ ਦੀ ਕੁਦਰਤ ਰੱਖਦਾ ਹੈ ਜਿਹਦੀ ਉਹ ਖਾਹਿਸ਼ਮੰਦ ਹੈ। ਯਾਨੀ ਜਿਹਦੇ ਘਰ ਔਲਾਦ ਨਹੀਂ ਉਹ ਤੇ ਔਲਾਦ ਦੀ ਖਾਹਿਸ਼ ਰੱਖਦੀ ਹੈ, ਬੇਟੇ ਜਾਂ ਬੇਟੀ ਦੀ। ਤੇ ਯਾਦ ਰੱਖੀਏ ਵੀ ਖੁਦਾ ਹਰ ਉਸ ਬੰਦੇ ਦੀ ਖਾਹਿਸ਼ ਵੀ ਪੂਰੀ ਕਰਦਾ ਹੈ, ਉਹਦੀ ਜ਼ਰੂਰਤ ਵੀ ਪੂਰੀ ਕਰਦਾ ਜਿਹੜਾ ਹਕੀਕਤ ਨਾਲ ਉਸ ਅੰਦਾਜ਼ ਨਾਲ ਉਹਦੇ ਕੋਲ ਆਉਂਦਾ ਹੈ, ਖੁਦਾ ਉਹਦੇ ਤਰੈਮ ਕਰਦਾ ਹੈ। ਅਸੀਂ ਯਾਦ ਰੱਖੀਏ ਥੋੜ੍ਹੇ ਟਾਈਮ 'ਚ ਹੀ ਅੱਛਾ ਸਬਕ ਦਿੰਦੇ ਹਾਂ, ਕਲਾਮ ਦੀ ਆਵਾਜ਼ ਪਹੁੰਚਾਉਂਦੇ ਹਾਂ ਤਾਂ ਕਿ ਥੋੜ੍ਹੇ ਟਾਈਮ 'ਚ ਸਾਰੇ ਲੋਕ ਖੁਦਾ ਦੇ ਪਾਕ ਕਲਾਮ ਦੀ ਤਾਲੀਮ ਨੂੰ ਸੁਣਨ ਅਤੇ ਉਹਦੇ 'ਤੇ ਅਮਲ ਕਰਨ। ਹੰਨਾ ਦੇ ਬਾਰੇ अगर पढ़िए तो हवाले की तलावत करिए तो टाइम ज़्यादा लगेगा, तो मैं भैणों को कहांगा जिहड़ियां पढ़ सकदियां ने वो सैमुअल की पहली किताब यानी पहला सैमुअल पहला बाब नवीं आयत तो लैके पूरे बाब नूं पढ़ो तो उहदे च तुहानूं पढ़न नाल बरकत भी मिलेगी तो तुसीं इस गल नूं जान जाओगे कि खुदा अपनी बंदियां दी अपनियां बेटियां दी ख्वाहिश नूं पूरा करदा है, जरूरत नूं भी पूरा करदा है जदों ओ खुदा दी हजूरी च अपना दिल अंडेलदियां ने। पाक कलाम च लिखा है कि हन्ना अपने घरों उठी ते जाके खुदा दी हैकल दी चौखट दे अगे बह गई। ਪਾਕ ਕਲਾਮ ਦੱਸਦਾ ਹੈ ਜਦੋਂ ਬਹਿ ਗਈ ਤੇ ਹੰਨਾ ਦਲਗੀਰ ਹੋਈ,
उन्हें खुदा दे सामने जार जार रो के दुआ की थी। उन्हें खुदा दे हजूर मन्नत मान लई, तू फरजंदे नरीना दे ते ओ मैं तेरे घर दे विच खिदमत लई पेश कर देंगे। तो पाकलाम दसदा है भी उहदी दुआ दा अंदाज वेख रही है। ਉਹ ਹੈਕਲ ਚ ਬਹਿ ਕੇ ਜ਼ਾਰ ਜ਼ਾਰ ਰੋਣ ਲੱਗੀ। ਤੁਹਾਡੇ ਚੋਂ ਮੈਨੂੰ ਨਹੀਂ ਪਤਾ ਕਿਸੇ ਨੂੰ ਕੋਈ ਇਹ ਤਜਰਬਾ ਹੋਇਆ ਹੋਵੇ ਵੀ ਜ਼ਾਰ ਜ਼ਾਰ ਕੋਈ ਭੈਣ ਰੋਈ ਹੋਵੇ। ਰੋਣ ਦਾ ਤਜਰਬਾ ਕਿਸੇ ਦਾ ਇੰਨਾ ਹੋਇਆ ਹੋਵੇ ਵੀ ਉਹ ਬਹੁਤ ਹੀ ਰੋ ਜਾਏ, ਬਹੁਤ ਹੀ ਰੋਂਦੀ ਰਵੇ ਤੇ ਕਿਸੇ ਗੱਲ ਨਹੀਂ ਰੋਵੇ ਜਿਹੜੀ ਗੱਲ ਉਹਦੀ ਜ਼ਿੰਦਗੀ ਦੇ ਵਿੱਚ ਦੁੱਖ ਹੈ। ਹੰਨਾ ਹੈਕਲ ਚ ਗਈ ਤੇ ਜ਼ਾਰ ਜ਼ਾਰ ਰੋਣ ਲੱਗੀ ਤੇ ਕਲਾਮ ਦੱਸਦਾ ਵੀ ਉਹ ਇੰਜ ਰੋਂਦੀ ਸੀ ਕਿ ਉਹਦੇ ਹੋਂਠ ਹਿੱਲਦੇ ਸਨ ਤੇ ਸਿਸਕੀਆਂ ਭਰੀ ਆਵਾਜ਼ ਦੇ ਨਾਲ ਦੁਆ ਕਰਦੀ ਸੀ। ਜਿੰਜ ਕੋਈ ਹੋ ਕੇ ਪੜਦਾ ਆਂਸੂ ਬਹਾਉਂਦੀ ਸੀ, ਟੁੱਟੇ ਦਿਲ ਨਾਲ ਜ਼ਾਰ ਜ਼ਾਰ ਰੋਂਦੀ ਸੀ ਤੇ ਉਹ ਦੁਆ ਕਰੀ ਆਉਂਦੀ ਸੀ, ਕਰੀ ਆਉਂਦੀ ਸੀ। ਅੱਜ ਕਿੰਨੀਆਂ ਭੈਣਾਂ ਨੇ, ਕਿੰਨੀਆਂ ਖਵਾਤੀਨ ਨੇ ਜਿਹੜੀਆਂ ਦੁਆ ਜਾਰੀ ਰੱਖਦੀਆਂ ਨੇ। ਸਾਡੇ ਚ ਇਹ ਗੱਲ ਪਾਈ ਜਾਂਦੀ ਹੈ ਇਹ ਇੱਕ ਦੋ ਦਿਨ ਦੁਆ ਕਰਨੇ ਆ ਤੇ ਫਿਰ ਉਸ ਤੋਂ ਬਾਅਦ ਉਹ ਗਏ ਤੇ ਪਾਕ ਕਲਾਮ ਚ ਹੰਨਾ ਦੀ ਗੱਲ ਲਿਖੀਏ, ਉਹ ਦੁਆ ਕਰੀ ਆਉਣ ਡਈ ਸੀ ਤੇ ਦੁਆ ਕਰੀ ਆਉਣ ਦੇ ਨਾਲ ਕੀ ਹੋਇਆ, ਏਲੀ ਕਹਿਰ ਨੇ ਉਹਨੂੰ ਸਮਝਿਆ ਵੀ ਸ਼ਾਇਦ ਇਹਦਾ ਜ਼ੇਹਨ ਠੀਕ ਨਹੀਂ, ਸ਼ਾਇਦ ਕੁਛ ਪੀ ਕੇ ਆਈਏ, ਕੋਈ ਨਸ਼ਾ ਕਰਕੇ ਆਈਏ। ਤੇ ਉਹਨੇ ਜਦੋਂ ਵੇਖਿਆ ਇਹਦੇ ਰੋਈ ਆਉਂਦੀ ਏ, ਇਹ ਗੱਲਾਂ ਇਹਦੇ ਹੋਂਠ ਹੀ ਹਿੱਲਦੇ ਨੇ ਤੇ ਕੰਬੀ ਆਉਣ ਡਈ ਏ। ਤੇ ਫਿਰ ਉਹਨੇ ਆਖਿਆ ਉਹਦੇ ਤੇ ਇਹ ਗੱਲ ਕੀਤੀ ਵੀ ਸ਼ਾਇਦ ਉਹਨੇ ਨਸ਼ਾ ਕੀਤਾ ਤੇ ਉਹਨੇ ਕਿਹਾ ਆਪਣਾ ਨਸ਼ਾ ਉਤਾਰ ਤੇ ਕਰ ਜਾ। ਤੇ ਖੁਦਾ ਦੇ ਬੰਦੇ ਦੇ ਸਾਹਮਣੇ ਉਹਨੇ ਜਿਹੜੀ ਗੱਲ ਕੀਤੀ ਉਹਨੇ ਕਿਹਾ ਮੈਂ ਨਾ ਤੇ ਕੋਈ ਨਸ਼ਾ ਪੀਤਾ, ਮੈਂ ਤੇ ਆਪਣਾ ਦਿਲ ਖੁਦਾ ਦੇ ਹਜ਼ੂਰ ਉਂਡੇਲਿਆ, ਮੈਂ ਤੇ ਆਪਣੇ ਫਿਕਰਾਂ ਤੇ ਦੁੱਖਾਂ ਦੇ ਹਜੂਮ ਦੇ ਸਬੱਬ ਨਾਲ ਬੋਲੀ ਜਾਣ ਡਈ ਆ, ਮੇਰਾ ਦਿਲ ਖੁਦਾ ਦੇ ਹਜ਼ੂਰ ਉਂਡੇਲਿਆ ਗਿਆ, ਮੈਂ ਨਸ਼ਾਬਾਜ਼ ਨਹੀਂ। ਅੱਜ ਅਸੀਂ ਕਿੰਨਾ ਕੁ ਟਾਈਮ ਆਪਣੇ ਦੁੱਖ ਨੂੰ ਖੁਦਾ ਦੇ ਹਜ਼ੂਰ ਬਿਆਨ ਕਰਨ ਲਈ ਕਿੰਨਾ ਕੁ ਟਾਈਮ ਅਸੀਂ ਖੁਦਾ ਨੂੰ ਦਿੰਦੇ ਹਾਂ ਤੇ ਇਹ ਹਾਲਤ ਦੁਆ ਕਰਦਿਆਂ ਸਾਡੀ ਹੁੰਦੀ ਵੀ ਹੈ ਕਿ ਨਹੀਂ। ਕਲਾਮ ਦੱਸਦਾ ਇਹ ਗੱਲ ਹੋਈ ਤੇ ਫਿਰ ਉਹਨੂੰ ਬਰਕਤ ਮਿਲੀ। ਹੈਕਲ ਦੇ ਵਿੱਚ ਏਲੀ ਕਹਿਣ ਨੇ ਆਖਿਆ ਤੂੰ ਸਲਾਮਤ ਜਾ ਔਰ ਖੁਦਾ ਨੇ ਤੇਰੀ ਮੁਰਾਦ ਪੂਰੀ ਕਰ ਦਿੱਤੀ ਹੈ ਜਿਹੜੀ ਤੂੰ ਉਹਦੇ ਕੋਲ ਮੰਗੀ ਸੀ। ਹਾਲੇਲੂਇਆ। ਅੱਜ ਅਸੀਂ ਖੁਦਾ ਦੀ ਜਿਹੜੀ ਬਰਕਤ ਹੈ ਉਦੋਂ ਲੈ ਸਕਦੇ ਹਾਂ ਜਦੋਂ ਅਸੀਂ ਖੁਦਾ ਦੇ ਹਜ਼ੂਰ ਦੁਆ ਕਰੀ ਆਈਏ, ਆਪਣੀ ਬੇਬਸੀ ਦਾ ਇਜ਼ਹਾਰ ਕਰੀ ਆਈਏ ਤੇ ਉਹਦੇ ਕੋਲ ਮੰਗੀ ਆਈਏ, ਆਪਣਾ ਧਿਆਨ ਅੱਗੇ ਪਿੱਛੇ ਨਾ ਕਰੀਏ। ਤੇ ਕਲਾਮ ਦੱਸਦਾ ਉਹਨੂੰ ਬਰਕਤ ਮਿਲੀ ਜਦੋਂ ਦੁਆ ਕਰਦੀ ਰਹੀ, ਰੋਂਦੀ ਰਹੀ, ਹੋ ਕੇ ਪਰ ਖੁਦਾ ਦੇ ਸਾਹਮਣੇ ਆਪਣੇ ਦੁੱਖ ਬਿਆਨ ਕਰਦੀ ਰਹੀ ਤੇ ਉਹਨੂੰ ਬਰਕਤ ਮਿਲੀ। ਔਰ ਖੁਦਾ ਦੇ ਕਲਾਮ ਚ ਲਿਖਿਆ ਵਕਤ ਗੁਜ਼ਰਨ ਦੇ ਨਾਲ ਉਹਦੇ ਘਰ ਬੇਟਾ ਪੈਦਾ ਹੋਇਆ ਔਰ ਖੁਦਾ ਨੇ ਉਹਨੂੰ ਸਹਿਬੇ ਔਲਾਦ ਕੀਤਾ। ਅੱਜ ਵੀ ਇੰਜ ਹੋ ਸਕਦਾ, ਖੁਦਾ ਬਦਲ ਨਹੀਂ ਗਿਆ, ਖੁਦਾ ਦੀ ਕੁਦਰਤ ਬਦਲ ਨਹੀਂ ਗਈ, ਖੁਦਾ ਦੇ ਵਾਅਦਿਆਂ ਚ ਤਬਦੀਲੀ ਨਹੀਂ ਜੇ ਆਈ। ਭੈਣੋ, ਖੁਦਾ ਦੇ ਵਾਅਦੇ ਅੱਜ ਵੀ ਸੱਚੇ ਨੇ ਤੇ ਮੋਜ਼ਾ ਉਦੋਂ ਹੁੰਦਾ ਜੇ ਕਿਸੇ ਸਮਝਦਾਰ ਨੇ ਲਿਖਿਆ ਜਦੋਂ ਖੁਦਾ ਤੇ ਇਨਸਾਨ ਆਪਸ ਚ ਮਿਲ ਜਾਂਦੇ ਨੇ
ते फिर मोजज़ा हुंदा है। अज खुदा दे नाल मिलके ते वेखिए, अज अपना दुख खुदा दे हजूर बयान करके ते वेखिए, अज उस हन्ना दे सारी गल नू वेख के अपनी जिंदगी च इस गल नू करिए ते सही के असी एंजी दुआ करिए कि रोंदे रहिए और आंसू बहांदे रहिए ते जिंदा खुदा नू अपना दुख बयान करदे रहिए। याद रख लईए खुदा दुआवां सुनदा है, आंसुआं दी दुआ नू सुनदा है, रोजे दी दुआ नू सुनदा है, ते उस दुआ नू भी सुनदा है जदों इंसान अपनी बेबसी दा इजहार, दुख तकलीफ दा इजहार मातम करके भी करदा है, अपने गुनाह दा इकरार करके भी दुआ करदा है, ते फिर खुदा उहदी जिंदगी च काम करदा है। अज दा पैगाम तुहाडे लई है, भैणा खवातीन लईए, ना सिर्फ उन्हां लईए कि जिहड़ियां भैणां बे औलाद ने, बल्कि उन्हां लई भी है जिहड़े अपने घरां दे विच ऐसे हालात चो गुजर रहियां ने कि उन्हां दी फैमिली डिस्टर्ब हो रही है, वह खानदान दे विच बेचैनी ते टेंशन दा शिकार ने, कोई सुकून नहीं, कोई इतमान नहीं, और हर तरफ बेचैनी ते हनेरा ही हनेरा नजर आ रहा। मेरे कोल ऐसियां भैणां दियां दरखास्तां भी ने जिहड़ियां अपने घर दी बेचैनी दी दरखास्त देंदियां ने कि घर दे विच बेचैनी है, भाई साहब साडे घर दे विच सुकून, इतमान, खुशी, लड़ाई झगड़े दे खात्मे लई दुआ करो। ते अज याद रख लो, खुदा दा कलाम इह दसदा है कि खुदा दुआ सुनदा है। ते साडा चैनल लई इह वे भी असी पैगाम दईए कि दुआ करिया करो। अज किंज दुआ करनी है भाई, अपने दुख नूं खुदा दे हजूर बयान करना, उहदे हजूर बह जाना, आंसू बहाने ने अपने दुख तकलीफ ते अपनी जरूरत लई। फिर इह नहीं भी जिहड़ी तुहाडी जरूरत है तुसीं लोकां नूं वी सुनाओ, अपने मसाए लोगों भी दसो, नहीं इंज बवो तो दिल के दुआ करो, और इंज ही सिर्फ होंठ ही हिलन, आवाज ना निकले, अपने दिल च दुआ करो। तो यीशु मसीह ने दुआ करना बड़ा प्यारा सिखाया, और उन्हें आख्या जदों तू दुआ करे कोठरी च जा, बंद कर दरवाजा, बंद कर ते फिर खुदा दे हजूर दुआ कर। मेरा ईमान है कि अज हन्ना दे इस पैगाम बाइबल मुकद्दस च जिहड़ा पैगाम तुहानूं सुनाया गया, अगर तुसीं इंज अमल करना शुरू कर दोगे ना, तो फिर वेख्या जी बरकत आऊगी, घरां च लड़ाई झगड़े भी खत्म हो जाएंगे, खुशी आएगी, शादमानी आएगी। तो जे कोई भी भैन बे औलाद है अगर इंज दुआ करे तो मौजा जरूर होगा, क्योंकि मेरे नाल कहिए खुदा का कलाम सच्चा है। फिर एक करी बोलिए खुदा का कलाम सच्चा है, फिर एक करी बोलिए खुदा दा वादे सच्चे हैं, खुदा दे कलाम दियां गल्लां टल नहीं गईयां बल्कि हमेशा कायम रहणगियां। आओ कलाम ते भी मान रखिए, खुदा नाल ही प्यार करिए ते उहदे जलाल नूं अपनी अखां नाल वेखिए। बहुत शुक्रिया।